ਇੱਕ ਵਚਨ ਪੜਾਂਗੇ, ਪਹਿਲਾ ਕੁਰੰਥੀਆਂ ਉਹਦਾ ਪਹਿਲਾ ਅਧਿਆਇ ਚੈਪਟਰ 1 ਨੰਬਰ 26 ਆਇਤ ਤੋਂ ਲੈ ਕੇ 31 ਆਇਤ ਤੱਕ। ਪ੍ਰਿਮੋ ਕੋਰਿੰਥੀ ਕੈਪੀਟੋਲ 1 ਦਲ ਵਰਸੇਟੋ 26 ਅਲ ਵਰਸੇਟੋ 31। Infatti, fratelli, guardate la vostra vocazione. Non ci sono tra di voi molti sapienti secondo la carne, né molti potenti, né molti nobili, ma Dio ha scelto le cose pazze del mondo per svergognare i sapienti. Dio ha scelto le cose deboli del mondo per svergognare le forti. Dio ha scelto le cose ignobili del mondo e le cose disprezzate, anziché le cose che non sono, per ridurre al niente le cose che sono, perché nessuno si vanti di fronte a Dio, ed è grazie a Lui che voi siete in Cristo Gesù, che da Dio è stato fatto per noi sapienza, giustizia, santificazione e redenzione, affinché, come è scritto, chi si vanti nel Signore. Amen. Amen. ਪੰਜਾਬੀ ਵਿੱਚ ਪੜ੍ਹਦੇ, ਪਹਿਲਾ ਕੁਰੰਥੀਆਂ ਪਹਿਲਾ ਅਧਿਆਇ 26 ਆਇਤ ਤੋਂ ਲੈ ਕੇ 31 ਆਇਤ ਤੱਕ। ਹੇ ਭਰਾਵੋ, ਆਪਣੇ ਸੱਦੇ ਉੱਤੇ ਧਿਆਨ ਕਰੋ, ਭਈ ਸਰੀਰ ਦੇ ਅਨੁਸਾਰ ਨਾ ਤਾਂ ਬਾਲੇ ਬੁੱਧਵਾਨ, ਨਾ ਬਾਲੇ ਬਲਵਾਨ, ਨਾ ਬਾਲੇ ਕੁਲੀਨ ਸੱਦੇ ਹੋਏ ਹਨ। ਕੁਲੀਨ ਵਰਡ ਬਹੁਤ ਔਖਾ ਜਿਹਾ ਪੰਜਾਬੀ ਦਾ ਵਰਡ ਆ, ਜਿਹਦਾ ਮਤਲਬ ਹਿੰਦੀ ਵਿੱਚ ਵੀ ਕੁਲੀਨ ਹੀ ਲਿਖਿਆ, ਹਿੰਦੀ ਦੀ ਬਾਈਬਲ ਦੇ ਵਿੱਚ ਵੀ, ਜਿਹਦਾ ਮਤਲਬ ਇੰਗਲਿਸ਼ ਦੀ ਬਾਈਬਲ 'ਚ ਪੜ੍ਹਦੇ ਹਾਂ ਅਤੇ ਨੋਬਲ, ਕੋਈ ਇੱਕ ਗ੍ਰੇਟ ਕਹਿ ਲਓ, ਇੱਕ ਮਹਾਨ, ਜਿਹੜੇ ਮਹਾਨ ਲੋਕ ਨਹੀਂ ਸੱਦੇ ਗਏ। ਪਰਮੇਸ਼ਵਰ ਨੇ ਨਿਰਬੁੱਧਾਂ ਨੂੰ ਚੁਣਿਆ ਵਾ ਤਾਂ ਕਿ ਉਹਨਾਂ ਨੂੰ ਮਹਾਨ ਬਣਾ ਦੇਵੇ। ਆਮੀਨ, ਹਾਲੇਲੂਇਆ। ਨਾ ਬਾਲੇ ਕੁਲੀਨ ਸੱਦੇ ਹੋਏ ਹਨ, ਸਗੋਂ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ਵਰ ਨੇ ਚੁਣ ਲਿਆ, ਭਈ ਬੁੱਧਵਾਨਾਂ ਨੂੰ ਲੱਜਿਆਵਾਨ ਕਰੇ, ਅਤੇ ਸੰਸਾਰ ਦੇ ਨਿਰਬਲਾਂ ਨੂੰ ਪਰਮੇਸ਼ਵਰ ਨੇ ਚੁਣ ਲਿਆ, ਭਈ ਬਲਵੰਤਾਂ ਨੂੰ ਲੱਜਿਆਵਾਨ ਕਰੇ, ਅਤੇ ਸੰਸਾਰ ਦੇ ਅਦਨਾ ਅਤੇ ਮਲਿਦੜਾਂ ਨੂੰ, ਨਾਲੇ ਉਹਨਾਂ ਨੂੰ ਜਿਹੜੇ ਹਨ ਹੀ ਨਹੀਂ ਪਰਮੇਸ਼ਵਰ ਨੇ ਚੁਣ ਲਿਆ, ਭਈ ਉਹਨਾਂ ਨੂੰ ਜਿਹੜੇ ਹਨ ਅਕਾਰਥ ਕਰੇ, ਤਾਂ ਕਿ ਕੋਈ ਬਸ਼ਰ ਪਰਮੇਸ਼ਵਰ ਦੇ ਅੱਗੇ ਘੁਮੰਡ ਨਾ ਕਰੇ। ਪਰ ਉਸ ਤੋਂ ਤੁਸੀਂ ਮਸੀਹ ਯਿਸੂ ਵਿੱਚ ਹੋ, ਜਿਹੜਾ ਪਰਮੇਸ਼ਵਰ ਦੀ ਵੱਲੋਂ ਸਾਡੇ ਲਈ ਗਿਆਨ ਅਤੇ ਧਰਮ ਅਤੇ ਪਵਿੱਤਰਤਾ ਅਤੇ ਨਿਸਤਾਰਾ ਬਣਾਇਆ ਗਿਆ ਸੀ, ਭਈ ਜਿਵੇਂ ਲਿਖਿਆ ਹੋਇਆ ਹੈ, ਜੋ ਕੋਈ ਅਭਿਮਾਨ ਕਰੇ ਸੋ ਪ੍ਰਭੂ ਵਿੱਚ ਅਭਿਮਾਨ ਕਰੇ। ਆਮੀਨ। ਅੱਖਾਂ ਨੂੰ ਬੰਦ ਕਰਕੇ ਆਪਣੀ ਆਵਾਜ਼ ਨੂੰ ਖੋਲ੍ਹ ਕੇ, ਬੁਲੰਦ ਕਰਕੇ ਅੰਗੀਕਾਰ ਕਰੋ ਕਿ ਅੱਜ ਮੈਂ ਜਿੰਨਾ ਵਚਨ ਸੁਣਾ, ਇਹ ਵਚਨ ਮੇਰੀ ਜ਼ਿੰਦਗੀ ਦੇ ਵਿੱਚ 100 ਗੁਣਾ ਫਲ ਲੈ ਕੇ ਆਵੇ, ਔਰ ਇਹ ਫਲ ਯਿਸੂ ਦੇ ਨਾਮ ਦੇ ਵਿੱਚ ਬਣੇ ਰਹਿਣ, ਯਿਸੂ ਦੇ ਸਮਰਥੀ ਸਮਰਥੀ ਨਾਮ ਦੇ ਵਿੱਚ। ਆਮੀਨ। ਪਿਤਾ ਪੁੱਤਰ ਪਵਿੱਤਰ ਆਤਮਾ ਦੀ ਤਾਰੀਫ ਕਰੋ, ਜ਼ੋਰਦਾਰ ਜ਼ੋਰਦਾਰ ਜ਼ੋਰਦਾਰ। ਔਰ ਅੱਜ 41 ਸੁਵਚਨ ਦੇ ਵਿੱਚ ਲਿਖਿਆ ਆ ਕਿ ਭਰਾਵੋ, ਆਪਣੇ ਸੱਦੇ ਉੱਤੇ, ਆਪਣੀ ਕਾਲਿੰਗ ਉੱਤੇ ਧਿਆਨ ਕਰੋ। ਕਿਉਂਕਿ ਨਾ ਤਾਂ ਬਾਲੇ ਬੁੱਧਵਾਨ, ਨਾ ਬਹੁਤੇ ਬਲਵਾਨ, ਨਾ ਬਹੁਤੇ ਮਹਾਨ ਲੋਕ ਬੁਲਾਏ ਗਏ ਆ, ਪਰ ਪਰਮੇਸ਼ਵਰ ਨੇ ਇਸ ਜਗਤ ਦੇ, ਇਸ ਸੰਸਾਰ ਦੇ ਮੂਰਖਾਂ ਨੂੰ ਚੁਣ ਲਿਆ ਆ,
ਨੇ ਮੋਲਤੀ ਪੋਟੈਂਟੀ ਨੇ ਮੋਲਤੀ ਨੇਉਬਿਲੀ ਤਾਂ ਕਿ ਬੁੱਧਵਾਨਾਂ ਨੂੰ ਉਹ ਸ਼ਰਮਿੰਦਾ ਔਰ ਲਜਿਆਵਾਨ ਕਰੇ ਮਾ ਕੋਲ ਕ੍ਰਿਸਟੋਲ ਤਾਂ ਪਰ ਇਲ ਮੋਂਡੋ ਦਿਓ ਲੋ ਆਸ਼ੇਲ ਤਾਂ ਪਰ ਕੋਨ ਪੋਂਦਰੀ ਸਪੀਐਂਟੀ ਹਾਲੇਲੂਇਆ 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 ਅਤੇ ਸੰਸਾਰ ਦੇ ਨਿਰਬਲਾ ਨੂੰ ਪਰਮੇਸ਼ਵਰ ਨੇ ਚੁਣ ਲਿਆ ਪਈ ਜਿਹੜੇ ਲੋਕ ਬਲਵੰਤ ਆ ਬਲਵਾਨ ਵਾ ਉਹਨਾਂ ਨੂੰ ਲਜਿਆਵਾਨ ਕਰੇ ਕੋਲ ਕੇ ਦੇ ਬੋਲੇ ਪਰ ਇਲ ਮੋਂਡੋ ਦਿਓ ਲੋ ਆਸ਼ੇਲ ਤਾਂ ਪਰ ਕੋਨ ਪੋਂਦਰੀ ਪੋਰਤੀ ਪਰਮੇਸ਼ਵਰ ਨੇ ਤੁਹਾਨੂੰ ਚੁਣਿਆ ਵਾ ਕਿਸੇ ਪਰਪਸ ਦੇ ਲਈ Dio vi ha letti per un motivo ben preciso. Parmeshwar ne tanu chunya ma kise khas maqsad de layi. Voi siete stati eletti per un motivo ben preciso. Hallelujah. Hallelujah. Ajja pa Israel nu sare jande ha. Israel country nu. Conosciamo molto bene il paese Israele. Jo study ja jo tusi search karke vekhna 90% to zyada jehda America da media va oh Yahudi log chalaunde ha onu. Se potete fate delle ricerche noterete che ci sono 90% dei media che ci sono americani America vengono, di papà super power bol de SMD number 1 country vengono gestiti dagli israeliti America sappiamo molto bene da vepar a yahudi loka de bola America sappiamo molto bene con un paese molto potente e in questo paese molto potente maggior parte delle cose vengono gestite dagli israeliti hallelujah hallelujah lekin yahudi lokan upar parmeshwar ne is layi nahi chuneya oh bahut balwan si bahut buddhiman si balki parmeshwar ne is layi chuneya si kyunki oh ginti de vich bahut zyada kat si bahut chota chund si oh Gli israeliti non erano stati eletti perché loro erano forti oppure erano dei nobili, ma erano stati eletti perché erano un popolo che era molto molto piccolo. Peda bakriya charan wale log si o. Erano persone che praticamente pascolavano il gregge. Hallelujah. Hallelujah. Abraham da gida karobar si o vi peda bakriya charna si. Abraham pashu rakhna si. Abramo faceva il pastore, difatti aveva il bestiame. Hallelujah. Hallelujah. Te bai bat likha ke tu Yusuf de samay de vich ਯਾਕੂਬ ਆਪਣੇ ਘਰਾਣੇ ਪਰਿਵਾਰ ਨੂੰ ਲੈ ਕੇ ਮਿਸਰ ਦੇ ਵਿੱਚ ਮੂਵ ਹੁੰਦਾ ਵਾ ਕਿਉਂਕਿ ਮਿਸਰ ਦੇ ਵਿੱਚ ਖਾਣਾ ਵਾ ਬਾਕੀ ਸਾਰੇ ਬੰਨੇ ਕਾਲ ਪਿਆ ਹੋਇਆ Infatti quando Giacobbe si era spostato nelle terre di Egitto perché da tutte le altre parti vi era la crisi e in quel momento non facevano altro che trovare del luogo dove potevano trovare da mangiare ਤੇ ਬਾਈਬਲ ਤੇ ਲਿਖਿਆ ਜਦੋਂ ਉੱਥੇ ਮਿਸਰ ਦੇ ਵਿੱਚ ਪਹੁੰਚ ਗਿਆ ਤੇ ਕੁੱਲ ਟੋਟਲ ਉਹ 75 ਜਣੇ ਆ E quando erano arrivati nelle terre di Egitto in quel momento all'incirca le persone erano 75 ਕਿੰਨੇ 75 ਕੁੱਲ ਟੋਟਲ ਉਹਨਾਂ ਦੀ ਆਬਾਦੀ 75 75% ਲੇ ਪਰਸੋਨੇ ਰਨ 75 ਬਿਨ ਕੰਟਾਤੇ 75 ਹਾਲੇਲੂਇਆ ਹਾਲੇਲੂਇਆ ਪਰਮੇਸ਼ਵਰ ਨੇ ਉਹਨਾਂ ਨੂੰ ਚੁਣਿਆ ਦਿਓ ਲਿਆ ਲੈਤੀ ਉਹਨਾਂ ਨੂੰ ਕਿਹਾ ਕਿ ਇਹ ਮੇਰੇ ਚੁਣੇ ਹੋਏ ਲੋਕ ਆ ਇਹ ਮੇਰੇ ਚੁਣੇ ਹੋਏ ਆ ਚੋਸਨ ਮੰਨਾ ਮੇਰੇ ਦਿਓ ਦਿੱਸੇ ਕਿ ਕੁਸੇ ਪਰਸੋਨੇ ਸੋਨ ਸਾਥੇ ਐਲੇਟੇ ਦਾ ਦਿਓ ਨਹੀਂ ਪਤੇ ਪਰਮੇਸ਼ਵਰ ਨਿਰਪਰਾਂ ਨੂੰ ਚੁਣ ਲੈਂਦਾ ਤਾਂ ਕਿ ਬਲਵਾਨਾਂ ਨੂੰ ਲਜਿਆਵਾਨ ਕਰੇ ਉਹ ਮੂਰਖਾਂ ਨੂੰ ਚੁਣ ਲੈਂਦਾ ਤਾਂ ਕਿ ਗਿਆਨਵਾਨਾਂ ਨੂੰ ਲਜਿਆਵਾਨ ਕਰੇ ਤੇ ਸਾਕਰ ਸਕ੍ਰਿਪਚਰ ਚ ਸਕਿਤੋ ਕਿ ਦਿਓ ਇਲੇਜੇ ਸਟੋਲਟੋ ਤੇ ਅਗਰ ਅੱਜ ਤੁਸੀਂ ਬਲੇਸਿੰਗ ਦੀ ਗੱਲ ਕਰਦੇ ਆ ਪਰ ਕੋਨ ਫੋਂਦਰੀ ਸਪੀਐਂਟੀ ਇਲੇਜੇ ਦੁਨੀਆ ਦੀ ਜਿਹੜੀ ਬੈਸਟ ਟੈਕਨੋਲੋਜੀ ਆ ਉਹ ਦੁਨੀਆ ਨੂੰ ਇਜ਼ਰਾਈਲ ਪ੍ਰੋਵਾਈਡ ਕਰਦਾ ਹੈ ਦਿਓ ਇਲੇਜੇ ਦੇਬਲੀ ਪਰ ਕੋਨ ਫੋਂਦਰੀ ਫੋਰਟੀ ਦੀ ਫਾਤੀ ਮੇਜਰ ਪਾਰਟ ਦੇ ਲੇ ਕੋਸੇ ਕਿ ਵੈਂਗਨ ਫੋਰਨੀਟੋ ਸੋ ਕਸਟਾ ਟੈਰਾ ਮੈਂ ਫੋਰਨੀਟੋਰੇ ਪ੍ਰਿੰਸੀਪਲੀ ਇਹ ਸੋਨ ਲੀ ਇਜ਼ਰਾਈਲੀਤੀ ਮੈਂ ਬਹੁਤ ਲੋਕਾਂ ਨਾਲ ਗੱਲ ਕਰ ਰਿਹਾ ਤੁਹਾਡੇ ਫਿਊਚਰ ਦੀ ਇਹ ਪ੍ਰੋਫੈਟਿਕ ਆ ਤੁਹਾਡੇ ਲਈ ਜੋ ਤੁਸੀਂ ਅੱਜ ਆ ਇਹਨਾਂ ਦੇਖੋ ਪਰਮੇਸ਼ਵਰ ਨੇ ਖਾਸ ਮਕਸਦ ਲਈ ਤੁਹਾਨੂੰ ਚੁਣਿਆ ਹੈ ਆਮੀਨ ਕੁਐਸਾ ਲਾ ਪ੍ਰੋਫੈਸੀਆ ਕਿ ਪ੍ਰਤੇ ਜੋਨਸ ਸਟਾ ਫਚਨ ਦੇ ਪਰ ਵੋਈ ਵੋਈ ਸੇਤੇ ਸਤੀ ਅਲੇਤੀ ਪਰ ਮੋਟਿਵ ਬੈਨ ਪ੍ਰਚੀਜ਼ੋ ਆਮੀਨ ਪਰਮੇਸ਼ਵਰ ਨੇ ਅਬਰਾਹਮ ਨੂੰ ਕਿਹਾ ਕਿ ਮੈਂ ਤੇਰੀ ਅੰਸ ਨੂੰ ਵਧਾਵਾਂਗਾ ਦੁਨੀਆ ਤੇਰੇ ਅੰਸ ਦੇ ਦੁਆਰਾ ਬਰਕਤ ਪਾਵੇਗੀ
Dio aveva fatto la promessa ad Abramo dicendo che io crescerò la tua generazione e la tua generazione e le altre persone verranno benedette per mezzo tua. Punjabi c'è esattamente likhya che tarti diyan sariya qauma tere karane to barkat paun giyan. Nelle sacre scritture in Punjabi c'è scritto tutte le nazioni verranno benedette tramite te. Te oggi duniya Abraham de karane to barkat pa rahi hai. Amen. L'intero mondo. Hallelujah. È stato benedetto per mezzo di Abramo. Hallelujah. Hallelujah. Te parmeshwar ne ta nahi chunya ke bahut padhe likhe si, bahut intelligent si, bade yodhe si, balwan si, oh jyada si. Balki parmeshwar ne dharti de murkhan nu chun liya. Dio non li aveva. Nirbalan nu chun liya. Dio non li aveva letti perché erano persone ben istruite o perché erano persone nobili o perché erano forti, ma Dio li ha letti perché erano pochi ed erano stolti. Alleluia. 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 Isse karke jado ik seva vi khuda di atma de dwara chosen one log chalaunde aa. Ecco perché quando le persone che servono Dio onnipotente sono quelle le persone da servire che sono state elette. Te khuda di oh kripa anugrah aunda va ਜਿਹੜਾ ਅਸੀਂ ਯੂਨੀਵਰਸਿਟੀਜ਼ ਦੇ ਵਿੱਚ ਵੀ ਬਾਈਬਲ ਸਟੱਡੀਜ਼ ਕਰਕੇ ਲੈ ਨਹੀਂ ਪਾਉਂਦੇ. Discende la grazia l'unzione di onnipotente che non si può trovare neanche studiando all'università. Alleluia. 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 ਪਰਮੇਸ਼ਵਰ ਨੇ ਤੁਹਾਨੂੰ ਚੁਣਿਆ ਵਾ ਅਬਰਾਹਮ ਦੀ ਤਰ੍ਹਾਂ ਉੱਚਾ ਕਰਨ ਦੇ ਲਈ, ਅਬਰਾਹਮ ਦੀ ਅੰਸ਼ ਦੀ ਤਰ੍ਹਾਂ ਉੱਚਾ ਕਰਨ ਦੇ ਲਈ. Dio vi ha eletti. Amen. Per farvi innalzare come aveva innalzato Abramo e la sua generazione. Amen. ਪਰ ਪਤਾ ਕਿ ਉਦੋਂ ਨਿਊ ਓਲਡ ਟੈਸਟਮੈਂਟ ਦੇ ਵਿੱਚ ਪਰਮੇਸ਼ਵਰ ਸਿਰਫ ਇਜ਼ਰਾਈਲੀਆਂ ਦੇ ਲਈ ਕਹਿੰਦਾ ਸੀ ਕਿ ਇਹ ਮੇਰੇ ਚੁਣੇ ਹੋਏ ਲੋਕ ਆ। Nell'Antico Testamento Dio diceva soltanto per gli israeliti che questo popolo è il popolo eletto. Lekin nave neem de vich aake ma nel Nuovo Testamento Yeshu Masih de paida hon to ode qurban hon to baad tak dopo la nascita di Gesù fino alla risurrezione aaj sade sabna de utte kripa ho chuki aa, aaj sade sabna de utte anugrah ho chuka, aaj assi sare ode chosen one ode chune hoye ban chuke aa. Amen. Noi tutti abbiamo trovato grazia agli occhi di Dio onnipotente. Noi tutti quanti noi siamo stati eletti. Amen. Old Testament vich nell'Antico Testamento Parmeshwar da pavitra atma nabiyan de utte utarda si. Lo Spirito Santo discendeva soltanto sui profeti. Sirf aur sirf nabiyan de utte. Solamente sui profeti. Aur nabi agwai karde si. E poi erano i profeti a guidare. Comma di logan di. A guidare le nazioni, a guidare le persone. New Testament de vich Yeshu Masih di qurbani to baad ਉਹ ਪਵਿੱਤਰ ਆਤਮਾ ਅੱਜ ਕੱਲੇ ਕੱਲੇ ਜਨ ਦੇ ਉੱਤੇ ਆ ਕੇ ਉਤਰਿਆ ਬਲਕਿ ਠਹਿਰ ਕੇ ਆਇਆ। ਆਮੀਨ। Dopo il sacrificio di Gesù e la resurrezione di Gesù, lo Spirito Santo è disceso sulle persone e non soltanto è disceso, ha dimorato. ਇਸ ਲਈ ਲਿਖਿਆ ਕਿ ਜਦੋਂ ਓਲਡ ਟੈਸਟਮੈਂਟ ਵਿੱਚ ਪਰਮੇਸ਼ਵਰ ਦਾ ਆਤਮਾ ਨਬੀ ਤੇ ਉਤਰਦਾ, ਆਪਣਾ ਮੈਸੇਜ ਕੰਮ ਕਰਦਾ ਤੇ ਵਾਪਸ ਚਲੇ ਜਾਂਦਾ। ਐਕੋ ਪਰਖ ਲੈਂਟੀਕੋ ਟੈਸਟਮੈਂਟ ਸੀ ਜਿਵੇਂ ਕਿ ਡਿਸ਼ੰਦੇਵਾ ਲੋ ਸਪਿਰਿਟੋ ਸੰਤੋ ਸੂਈ ਪ੍ਰੋਫੇਟੀ ਫਚੇ ਕੰਪੀਏਵਾ ਲੋਪਰਾ ਦੋਪੇ ਦੀ ਕਿਹੜੀ ਸਲੀਵਾ। ਨਿਊ ਟੈਸਟਮੈਂਟ ਦੇ ਵਿੱਚ ਬਾਈਬਲ ਤੇ ਲਿਖਿਆ ਪਰਮੇਸ਼ਵਰ ਦਾ ਆਤਮਾ ਪੈਂਤੀਕੋਸਤੇ ਦਿਨ ਰਸੂਲਾਂ ਉੱਤੇ ਉਤਰਿਆ ਔਰ ਠਹਿਰ ਗਿਆ। ਹਾਲੇਲੂਇਆ। ਔਰ ਵਾਪਸ ਨਹੀਂ ਗਿਆ। Nel Nuovo Testamento, al giorno di Pentecoste, c'è scritto che Spirito Santo era disceso sui discepoli e ha cominciato a dimorare sopra all'interno e sopra i discepoli. Old Testament invece da Parmeshwar Israele nu kende si mere khas log, mere chune hoye log. Nell'Antico Testamento Dio si rivolgeva agli israeliti, voi siete persone elette. Aj New Testament de vich Yeshu Masih de dwara Parmeshwar sanu kende aa ke mere chune aur mere khas log. Hallelujah. Per mezzo del Nuovo Testamento Dio si rivolge a noi dicendo voi siete popolo che il popolo che è stato eletto. A Yeshu Masih de dwara per mezzo di Gesù Cristo tu si os mahima da hissa gedi Abraham de karan de utte aa,
ਤੁਸੀਂ ਉਹਨਾਂ ਬਰਕਤਾਂ ਦਾ ਹਿੱਸਾ ਜੋ ਅਬਰਾਹਮ ਦੇ ਘਰਾਣੇ ਦੇ ਉੱਤੇ ਆ। ਪਰਮੇਸ਼ਰ ਤੁਸੀਂ ਉੱਚੇ ਹੋਣ ਦੇ ਲਈ ਬੁਲਾਏ ਗਏ ਆ। ਆਮੀਨ। Permesso Gesù Cristo, voi fate parte di, della gloria e della benedizione che era e stava nella generazione di Abramo. Amen. 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 Hallelujah. 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 ਇੱਕ ਸਮਾਂ ਸੀ ਉਹਨਾਂ ਲੋਕਾਂ ਨੂੰ ਲੱਗਦਾ ਸੀ, ਗੈਰ ਜਾਤੀਆਂ ਨੂੰ ਵੀ ਲੱਗਦਾ ਸੀ ਕਿ ਇਹ ਥੋੜੇ ਜਿਹਾ ਤਾਂ ਹੈਗੇ ਆ, ਕੀ ਇਹਨਾਂ ਦਾ ਕੰਮ ਕੀ ਆ, ਪਸ਼ੂ ਪਾਲਦੇ ਆ, ਪਸ਼ੂ ਚਾਰਦੇ ਆ, ਡੰਗਰਾਂ ਦੇ ਵਿੱਚ ਰਹਿੰਦੇ ਆ। Le altre persone quando vedevano gli israeliti dicevano tra se stessi: questi israeliti non sono altro che persone che pascolano il gregge perché hanno i bestiami. Perché Bible dice che Parmeshwar gyanvanan nu nahi chunda. Nelle sacre scritture c'è scritto che Dio non elegge le persone che sono nobili. O rejected logan nu chunda ya, o murkhan nu chunda ya, taki unna nu gyanvan bana dave. Dio non elegge le persone che sono nobili, che sono forti, ma Dio elegge le persone che sono stolti, così che possano queste persone diventare persone intelligenti. Tegda verse 31 padi si jo koi abman kare so prabhu vich abman kare. Come abbiamo letto dalle sacre scritture, versetto numero 31, perché come sta scritto, chi si vanti nel Signore. Amen. Hallelujah. Hallelujah. Kyunki agar parmeshwar sanu jyada educated dekh ke chunan ya sanu jyada tanwan dekh ke chunan te da matlab kite na kite main reh gayi ha. Se Dio dovesse eleggere una persona vedendo che è molto istruita o comunque una persona molto potente, vuol dire che vi è qualcosa che è rimasta all'interno di questa persona. Ho menuta permesso ta chudya mere ko paisa jyada aya. E le persone potrebbero dire io sono stato eletto perché menu io sono molto ta chudya main bahut gyanvan. Le persone possono dire che io sono stato eletto perché sono una persona molto saggia. In Bible c'è likha unne gyanvanan nu nahi chunya, balwanan nu nahi chunya, tarti de murkhan nu chun liya taaki gyanvanan nu vi lajjavan kar dave. Hallelujah. Ma Dio onnipotente non ha eletto le persone che sono nobili, non ha eletto le persone che sono potenti, ma ha eletto le persone che sono stolti o deboli. Per confondere i forti. Assi je abman kise gal da command karna aya, o is gal da karna ke assi Parmeshwar nu jande te onu samajhde aa. Ecco perché se noi dovessimo vantare, noi dobbiamo vantare di Gesù Cristo, dobbiamo vantarne il Signore perché noi sappiamo chi è il Signore. Alleluia. E lui noi crediamo. Alleluia. Agar main apni gal kara, ਜੇ ਮੈਂ ਕਹਾਂ ਮੈਂ ਬਹੁਤ ਗਿਆਨਵਾਨ, ਮੈਂ ਬਹੁਤ ਟੈਲੈਂਟਡ, ਤਾਂ ਪ੍ਰਭੂ ਨੇ ਸੇਵਾ ਦੇ ਲਈ ਚੁਣਿਆ, ਇਹ ਝੂਠ ਆ, ਸਭ ਤੋਂ ਵੱਡਾ ਝੂਠ ਆ। Brother Johnson sta facendo un esempio per se stesso, sta dicendo che se lui dovesse cominciare a dire che lui è stato eletto perché una persona molto talentuosa, sarebbe una cosa falsa. ਧਰਤੀ ਦੇ ਮੂਰਖਾਂ ਨੂੰ ਚੁਣ ਲੈਂਦਾ ਪਰਮੇਸ਼ਵਰ। Dio elegge le persone che sono stolte. Rejected ਲੋਕਾਂ ਨੂੰ ਚੁਣ ਲੈਂਦਾ। Le persone che sono state disprezzate. Hallelujah. Hallelujah. ਉਹ ਸਮਰੀਤੀ ਵੀ rejected ਸੀ ਸਮਾਜ ਦੇ ਵੱਲੋਂ। La donna samaritana era stata disprezzata dal mondo. Parmeshwar ne chun liya onu ode nagar nu bachaun de. Dio ha eletto lei per salvare il suo paese. Amen. Amen. O tade dwara tade kharanya nu bachave. O tade dwara tade nagar nu bachave Yeshu de naam de. Per vostra salvare la vostra famiglia. Tu sei chi te chavo Yeshu de samarti sta. Voi sarete innalzati nel nome di Dio onnipotente. E khuda di daya va. Questa è la grazia. Anugraha. Questa è la grazia di Dio. Te asi agar kise gal da command karna, isse gal da karna ke asi ਪਰਮੇਸ਼ਵਰ ਨੂੰ ਜਾਣਦੇ ਆ, ਇਸ ਗੱਲ ਦਾ ਕਰਨਾ ਕਿ ਪਰਮੇਸ਼ਵਰ ਨੇ ਸਾਨੂੰ ਚੁਣ ਲਿਆ ਆ। ਜਿਹੜੀ ਗੱਲ ਓਲਡ ਟੈਸਟਮੈਂਟ ਦੇ ਵਿੱਚ ਉਹ ਕੱਲਾ ਇਜ਼ਰਾਈਲ ਦੇ ਲਈ ਬੋਲਦਾ ਸੀ, ਨਿਊ ਟੈਸਟਮੈਂਟ ਦੇ ਵਿੱਚ ਅੱਜ ਉਹ ਸਾਡੇ ਸਾਰਿਆਂ ਲਈ ਕਹਿੰਦਾ ਕਿ ਇਹ ਮੇਰੇ ਚੁਣੇ ਤੇ ਖਾਸ ਲੋਕ ਆ। ਆਮੀਨ।
se noi dovessimo vantarci, noi dobbiamo vantarci di questo, che Dio onnipotente ci ha eletti. Se Dio nell'Antico Testamento si riferiva agli israeliti come un popolo che è stato eletto, un popolo straordinario per lui, al giorno di oggi, per mezzo del Nuovo Testamento, Dio si rivolge a noi dicendo: voi siete il mio popolo eletto. Amen. Amen. E ricordatevi che Dio mantiene sempre le sue promesse. Se voi doveste leggere le promesse che Dio aveva fatto con Abramo, e se voi cominciate a studiare la sua generazione, ogni promessa che Dio aveva fatto è stata ogni promessa che Dio ha fatto con voi con la vostra famiglia questa si compierà. Amen. Hallelujah. Hallelujah. ਕਿਉਂਕਿ ਜਦੋਂ ਅਸੀਂ ਆਪਣੇ ਗਿਆਨ ਦੇ ਨਾਲ ਚੱਲਾਂਗੇ, perché se noi dovessimo camminare con la nostra saggezza, ਆਪਣੀ ਸਟੱਡੀ ਦੇ ਨਾਲ ਚੱਲਾਂਗੇ, con la nostra istruzione, ਉਹਦੀ ਇੱਕ ਲਿਮਿਟ ਆ, ਇੱਕ ਪੁਆਇੰਟ ਆਵੇਗਾ ਕਿ ਉਹ ਤਿਆਰ ਕੀਤਾ ਮੁੱਕ ਜਾਵੇਗਾ. Vi è un limite, perché quando è giunto quel momento non ci saranno più le cose alle quali voi potrete dare una risposta. ਉਹ ਤਿਆਰ ਕੀਤਾ ਮੁੱਕ ਜਾਵੇਗਾ. Tutto ciò che voi avete preparato finirà. ਅਗਰ ਮੈਂ ਵੀ ਸਰਮਨ ਵਾਕਿਆ ਮੈਂ ਤਿਆਰ ਕਰਕੇ ਰਾਈਟ ਕਰਕੇ ਲਿਆਵਾਂ ਤਾਂ ਉਹ ਇੱਕ ਲਿਮਿਟਡ ਸਮੇਂ 'ਚ ਮੁੱਕ ਜਾਵੇਗਾ. Se Preta Johnson dovesse portare una la predicazione già preparata, quello giunta a un termine, dopodiché cessa. Lekin jadon aap is riti de naal is soch de naal chalde ke Parmeshwar main nahi tu bolega tera aatma bolega oh fir mukda nahi aa. Hallelujah. Ma se dovessimo camminare, hallelujah, con questa mentalità, Dio, non siamo noi a predicare, non è Preta Johnson a predicare, ma è la tua grazia e il tuo spirito. Questo non cesserà, questo non finirà. Hallelujah. Aaj Parmeshwar tuhanu kehnda ਤੁਸੀਂ ਆਮ ਨਹੀਂ ਆ, ਤੁਸੀਂ ਖਾਸ ਆ, ਤੁਸੀਂ ਉਹਦੇ ਖਾਸ ਆ, ਉਹਦੇ ਚੁਣੇ ਹੋਏ ਆ, ਉਹਦੀ ਖਾਸ ਪਰਜਾਈ ਦੇ ਨਾਮ ਦੇ ਵਿੱਚ. Dio si rivolge a voi, voi non siete un popolo ordinario, voi siete un popolo straordinario. ਤੇ ਵੇਟ ਕਰੋ, ਉਹਦਾ ਹਰ ਇੱਕ ਵਾਦਾ ਤੁਹਾਡੀ ਜ਼ਿੰਦਗੀ 'ਚ ਪੂਰਾ ਹੋਵੇਗਾ. ਅੜੇ ਤੇ ਖੜੇ ਰਵੋ, ਬਣੇ ਰਵੋ ਪਰਮੇਸ਼ਵਰ ਦੇ ਵਿੱਚ, ਉਹਦੇ ਸਾਰੇ ਵਾਅਦੇ ਤੁਹਾਡੀਆਂ ਜ਼ਿੰਦਗੀਆਂ 'ਚ ਪੂਰੇ ਹੋਣਗੇ ਔਰ ਯਿਸੂ ਦੇ ਨਾਮ ਦੇ ਵਿੱਚ ਹੋਣਗੇ. Amen. Siate delle persone salde, perché ogni promessa che vi è stata fatta, Dio lo porterà a termine, lo compierà. Amen. ਉਹ ਰਿਜੈਕਟਡ ਲੋਕਾਂ ਨੂੰ, ਨਿਰਬੁੱਧਾਂ ਨੂੰ ਕਿਉਂ ਚੁੰਦਾ ਆ? Perché Dio elegge le persone che sono disprezzate? ਵਚਨ ਦੇ ਲਿਖਿਆ ਤਾਂ ਕਿ ਕੋਈ ਵੀ ਕਮਾਂਡ ਨਾ ਕਰ ਸਕੇ. Per confondere le persone forti, per così che nessuno possa vantarsi. ਕੋਈ ਵੀ ਕਮਾਂਡ ਨਾ ਕਰ ਸਕੇ. Così che nessuno possa vantarsi. ਤੇ ਯਸ਼ਾਇਆ ਦੇ ਵਿੱਚ ਲਿਖਿਆ, ਅਗਰ ਤੂੰ ਕਮਾਂਡ ਕਰਦਾ ਇਸ ਗੱਲ ਦਾ ਕਰ ਕਿ ਤੂੰ ਪਰਮੇਸ਼ਵਰ ਨੂੰ ਜਾਣਦਾ ਤੇ ਉਹਨੂੰ ਸਮਝਦਾ ਹੈ. In Isaia c'è scritto: se devi vantarti, vantati del fatto che tu conosci il Signore. Hallelujah. Hallelujah. ਜਿਹੜੇ ਅਸੀਂ ਆਕਸੀਜਨ ਲੈ ਰਹੇ ਹਾਂ, ਇਹ ਵੀ ਪਰਮੇਸ਼ਵਰ ਦੀ ਸਾਹ ਲੈ ਰਹੇ, ਪਰਮੇਸ਼ਵਰ ਦੇ ਦਿੱਤੇ ਹੋਏ ਆ. L'ossigeno che noi stiamo in questo momento respirando, questi respiri sono stati dati da Dio onnipotente. GPL ਮੈਂ ਤੁਹਾਨੂੰ ਦਾ ਮਹੀਨੇ ਬਾਅਦ 2 ਮਹੀਨੇ ਬਾਅਦ ਬੈਲ ਆ ਜਾਂਦਾ, ਸਾਡੇ ਲਈ ਤਾਰਨਾ ਔਖਾ ਹੋ ਜਾਂਦਾ. ਮੈਂ ਤੁਹਾਨੂੰ ਗੈਸ ਦਾ, GPL ਗੈਸ ਦਾ ਬੈਲ ਹੁੰਦਾ, ਸਾਨੂੰ ਤਾਰਨਾ ਔਖਾ ਲੱਗਦਾ. Se noi consumiamo l'utenza, per esempio il metano, quel metano una volta utilizzato, voi cosa succede? Voi ricevete delle bollette. Quando ultimi sass chalde hunde banda bimar hunda ventilator te pya hunda, oxygen da bill inna ban janda, ik peedi karte de het chali jandi aa. E se una persona sta al punto di morire, questa persona non deve respirare per mezzo del ventilatore, per il fatto dell'ossigeno che è stato fornito a questa persona malata, la fattura diventa una talmente grande che ci perde una generazione a saldarla. Yaad rakho, si har roz oxygen nu consume karde aa, saans le rahe Parmeshwar de ditte hoya, har cheez vich oda dhanwad karo, har kal vich ode naam nu mubarak karo.
Amen. Ricordatevi del fatto che l'ossigeno che noi stiamo respirando, questo ci è stato dato da Dio Onnipotente. Ecco perché noi dobbiamo rendere grazie a Dio Onnipotente per qualsiasi cosa. Alleluia. Alleluia. Israele nu kyon chuniya Parmeshwar ne? Kyunki oh jyada taaqatwar nahi aa. Oh jyada paise wale nahi aa, balki oh rejected aa. Duniya de paani oh moorkh aa, is layi chuniya. Dio non aveva letto gli israeliti perché erano persone ricche o erano persone sagge, ma sono state lette. Inni barkat deve, inna bless kare ke lok jannan ke Parmeshwar to sabbo kujh ho sakda hai. Sono state lette perché erano persone stolte, perché erano persone disprezzate e Dio li ha benedetti così che le altre persone possano capire che per mezzo di Dio ogni cosa è possibile. E kallu yaad rakhna ya. Ricordatevi una cosa. Tusi bina purpose to nahi chune gaye. Voi non siete chiamati a caso. Tanu chunan da Parmeshwar da khas maqsad aa. Vi è una decisione ben precisa che Dio ha in mente per voi. Agar tu si Parmeshwar ch bane ravoge. E se voi rimarrete sai. Sei samay te Parmeshwar apni yojana nu tade te zahir karega. Us plan nu pura karega. Al tempo giusto Dio rivelerà il suo piano maestoso per voi. Aaj bahut vari insaan sala sal bit gaya nu lagda ki shayad main kise maqsad de vich purpose de vich nahi aa. Spesso le persone quando vedono che sono passati tantissimi anni e cominciano a credere che io non faccio più non faccio parte del piano maestoso di Dio. Yaad rakhna oh deri Parmeshwar de vallo nahi aa. Ricordatevi che oh deri tuhade vallo aa tuhade an aagyakari da karke tuhade vachan nu todan da karke tuhadi oh journey lambi te lambi hui ja rahi aa. Ricordatevi che il ritardo non è dovuto a Dio Onnipotente, ma alle vostre lacune, per le vostre mancanze. Ecco perché si sta prolungando il vostro viaggio. Da che sanu patava, agar israeli log jado mister di gulami to nikle ya, agar aagyakari vich rende 40 saal da safar sirf 40 dinan vich khatam ho jana si. Sappiamo molto bene se gli israeliti quando sono usciti dall'Egitto, il viaggio che dovevano fare era soltanto di 40 giorni, ma il fatto che non hanno obbedito, ecco perché il loro viaggio si era prolungato. Ma declare karda ਤਾਡੀ ਜਰਨੀ ਲੰਮੀ ਨਾ ਹੋਵੇ ਯਿਸੂ ਦੇ ਨਾਮ ਦੇ ਵਿੱਚ ਇਹ ਵਸਤਰ ਵਿਆਜਨ ਉਸ ਰਾਈਟ ਸਮੇਂ ਤੇ ਰਾਈਟ ਡੈਸਟੀਨੇਸ਼ਨ ਤੇ ਤੁਸੀਂ ਪਹੁੰਚੋ ਯਿਸੂ ਦੇ ਨਾਮ ਦੇ ਵਿੱਚ ਆ ਟੈਂਪੋ ਜੂਸੋ ਰਜੁਨ ਸਹੀ ਸਮੇਂ ਤੇ ਪਰਮੇਸ਼ਵਰ ਤੁਹਾਨੂੰ ਬਲੈਸ ਕਰੇ ਸਹੀ ਸਮੇਂ ਤੇ ਤੁਸੀਂ ਆਪਣੀ ਬਰਕਤ ਨੂੰ ਲਵੋ ਸਹੀ ਸਮੇਂ ਤੇ ਤੁਸੀਂ ਆਪਣੀ ਗਵਾਹੀ ਨੂੰ ਲੈ ਸਕੋ ਯਿਸੂ ਦੇ ਨਾਮ ਦੇ ਵਿੱਚ ਸਹੀ ਸਮੇਂ ਤੇ ਤੁਸੀਂ ਆਪਣੀ ਚੰਗਿਆਈ ਆਪਣੀ ਹੀਲਿੰਗ ਨੂੰ ਲੈ ਸਕੋ ਯਿਸੂ ਦੇ ਸਮਰਥੀ ਸਮਰਥੀ ਗਵਾਹੀ ਹੈ ਲਾ ਵਸਰ ਰਿਟੈਂਸ਼ਨ ਇਨ ਨੋਮ ਇਨ ਆਮੇਨ ਆਮੇਨ ਹਾਲੇਲੂਇਆ ਹਾਲੇਲੂਇਆ ਅਗਰ ਤੁਸੀਂ ਮਸੀਹ ਦੇ ਵਿੱਚ ਆ ਵੋ ਸੇਤੇ ਪਰਸੋਨੇ ਕ੍ਰਿਸਟੀਆਨੇ ਤੰਗੀ ਤੁਹਾਡਾ ਹਿੱਸਾ ਨਹੀਂ ਹੋ ਸਕਦੀ ਸ਼ਰਮਿੰਦਗੀ ਤੁਹਾਡਾ ਹਿੱਸਾ ਨਹੀਂ ਹੋ ਸਕਦੀ ਪਵਿੱਤਰਤਾ ਦੀ ਸੋਨੋਰ ਨਾ ਫਾਨ ਪਾਰਟ ਦੀ ਵੋਈ ਅਗਰ ਤੁਸੀਂ ਤੰਗੀ ਔਰ ਸ਼ਰਮਿੰਦਗੀ ਵਿੱਚ ਲਾਈਫ ਗੁਜ਼ਾਰ ਰਹੇ ਆ ਤੇ ਆਪਣੀ ਲਾਈਫ ਨੂੰ ਚੈੱਕ ਕਰੋ ਸੇ ਵੋ ਸੇਤੇ ਟ੍ਰਾਸਕੋਰੇਂਡੋ ਲਾ ਵੋਸਟਰਾ ਵੀਤਾ ਇਨ ਪਵਿੱਤਰਤਾ ਦੀ ਸੋਨੋਰ ਦੋਵੇਤੇ ਕੰਟਰੋਲਰ ਲੇ ਵੋਸਟਰੇ ਵੀਤੇ ਆਪਣੀ ਲਾਈਫ ਨੂੰ ਚੈੱਕ ਕਰੋ ਕੰਟਰੋਲਰਤੇ ਲੇ ਵੋਸਟਰੇ ਵੀਤੇ ਕਲਾਮ ਚ ਲਿਖਿਆ ਸਾਡੀ ਸ਼ਾਂਤੀ ਦੇ ਲਈ ਉਹਦੇ ਉੱਤੇ ਤਾੜਨਾ ਹੋਈ ਨੇ ਸਾਕਰ ਸਕ੍ਰਿਪਚਰ ਚ ਸਕ੍ਰਿਪਟੋ ਕਿ ਦਿਓ ਚੀ ਕੰਚੈਸੋ ਲਾ ਸੋ ਪਾਚੇ ਉਨੇ ਦੁੱਖ ਤਾਂ ਨਹੀਂ ਸਹੀ ਸਲੀਬ ਤਾਂ ਨਹੀਂ ਕਿ ਅਸੀਂ ਵੀ ਪਰੇਸ਼ਾਨੀਆਂ ਵਿੱਚ ਹੀ ਰਹੀਏ ਲਿਖਿਆ ਸਾਡੀ ਸ਼ਾਂਤੀ ਦੇ ਲਈ ਉਸ ਉੱਤੇ ਤਾੜਨਾ ਹੋਈ ecco perché Dio quando il figlio di Dio è stato sacrificato non è stato sacrificato che anche noi possiamo soffrire ma noi possiamo ricevere la pace Yeshu Masih ਸਾਡੇ ਲਈ ਮਰ ਚੁੱਕੇ ਆ Gesù Cristo ਮੁਰਦਿਆਂ ਚੋਂ ਜੀ ਉੱਠੇ ਆ Gesù Cristo è morto per noi ed è risorto dai morti ਅੱਜ ਅਸੀਂ Yeshu ਲਈ ਮਰਨਾ ਨਹੀਂ ਆ ਬਲਕਿ Yeshu ਦੇ ਲਈ ਜੀਣਾ ਹੈ ecco perché noi non dobbiamo morire per Gesù ma dobbiamo vivere per Gesù ਅੱਜ ਸਾਨੂੰ ਮਰਨ ਦੀ ਲੋੜ ਨਹੀਂ ਆ ਜਿਹੜਾ ਉਹ ਕੁਰਬਾਨੀ ਜਿਹਦੇ ਤੇ ਉੱਤੇ ਕੋਈ ਕੁਰਬਾਨੀ ਹੋ ਨਹੀਂ ਸਕਦੀ ਉਹ ਯਿਸੂ ਨੇ ਦੇ ਦਿੱਤੀ ਆ ਅੱਜ ਪਰਮੇਸ਼ਰ ਦਾ ਵਚਨ ਇਹੀ ਕਹਿੰਦਾ ਕਿ ਅਸੀਂ ਅੱਜ ਪਰਮੇਸ਼ਰ ਦੇ ਲਈ ਜੀਣਾ ਸ਼ੁਰੂ ਕਰੀਏ ਉਹਦੇ ਵਚਨ ਦੇ ਵਿੱਚ ਰਹਿ ਕੇ ਜੀਣਾ ਸ਼ੁਰੂ ਕਰੀਏ ਨੋ ਤਬਿਆ ਮੋਰੀ ਰੇ ਪਰ ਜੀਸੂ ਪਰ ਕੇ ਵੀ ਇਸਤਾ ਤੋ ਦਾਤੋ ਸਕ੍ਰਿਪਿਚੋ ਇਨ ਆਲ ਆਲ ਦੀ ਸੋਪਰਾ ਦੀ ਕੋਸੋ ਸਕ੍ਰਿਪਿਚੋ ਨੋ ਵੀ ਸੋਨੋ ਆਲਟਰੀ ਸਕ੍ਰਿਪਿਚੀ ਐਕੋ ਪਰ ਕੇ ਨੇ ਸਾਕਰ ਸਕ੍ਰਿਪਚਰ ਕੇ ਚੇ ਸਕਿਤੋ ਨੋ ਤਬਿਆ ਮੋਰੀ ਰੇ ਪਰ ਜੀਸੂ ਆਮੀਨ ਆਮੀਨ ਅਗਰ ਤੁਸੀਂ ਸੱਦੇ ਹੋਏ ਕਾਲਡ ਵਨ ਆ ਸੇ ਵੋ ਸੱਤੇ ਪਰਸੋਨੇ ਕੇ ਸੋਨੇ ਸਾਤੇ ਕਿਮਾਤੇ ਇਕ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਆ ਰਿਕਾਰਡਾਤ ਵੀ ਸੈਂਪਰੇ ਇਹ ਤੁਹਾਡਾ ਟੈਲੈਂਟ
ਇਹ ਤੁਹਾਡੀ ਐਜੂਕੇਸ਼ਨ ਨਹੀਂ ਆ, ਪਰਮੇਸ਼ਵਰ ਤੁਹਾਨੂੰ ਚੁਣਿਆ ਆ। ਨੋ ਨੇ ਵੋਸਟਰ ਟੈਲੈਂਟੋ ਨੇ ਮੇਨੋ ਲਾ ਵੋਸਟਰ ਇਨਸਟ੍ਰਕਸ਼ਨ। ਖੁਦਾ ਦਾ ਅਨੁਗ੍ਰਹਿ ਵਾ, ਉਹਦੀ ਕਿਰਪਾ ਵਾ ਜੋ ਸਾਡੀਆਂ ਜ਼ਿੰਦਗੀਆਂ ਤੇ ਹੈ। ਲਾ ਗ੍ਰੈਸੀਆ ਇਲ ਫਾਵੋਰ ਦੀ ਦਿਓ ਕੇ ਸੁਣੀ। ਤੇ ਅਗਰ ਕਿਸੇ ਗੱਲ ਵਿੱਚ ਅਸੀਂ ਕਮਾਂਡ ਕਰਨਾ, ਉਹ ਇਹੀ ਆ ਕਿ ਅਸੀਂ ਪਰਮੇਸ਼ਵਰ ਨੂੰ ਜਾਣਦੇ ਆ। ਐਕੋ ਪਰ ਕਸੇ ਤੋਂ ਬੇਮੋ ਬੰਤਾਰ ਸੇ ਤੋਂ ਬੇਮੋ ਬੰਤਾਰ ਦੀ ਕੋਸ ਫਾਤੋ ਕੇ ਲੋਈ ਸਭਿਆ ਮੁਖੀ ਦੀ ਹੋਣੀ ਪਈ। ਅਗਰ ਕਿਸੇ ਗੱਲ ਚ ਕਮਾਂਡ ਕਰਨਾ, ਇਹੀ ਆ ਕਿ ਮਸੀਹ ਨੇ, ਯਿਸੂ ਨੇ ਮੇਰੇ ਉੱਤੇ ਅਨੁਗ੍ਰਹਿ ਕਿਰਪਾ ਕਰ ਦਿੱਤੀ ਹੈ। ਸਦੋ ਬੇਮੋ ਬੰਤਾਰ ਤੋਂ ਬੇਮੋ ਬੰਤਾਰ ਦੀ ਕੋਈ ਸੋਖੇ ਦੀਓ ਚੀ ਹੱਥ ਕੋਂ ਚੈਸੂ ਸੋ ਫਾਵੋਰੇ ਲਾ ਸੋ ਗ੍ਰਾਸੀਆ। ਔਰ ਸੌਂਗ ਗਾਣੇ ਹੁਣੇ ਮੈਂ ਕਮਾਂਡ ਕਰਾਂਗਾ ਯਾਕੂਬ ਦੇ ਖੁਦਾ ਤੇ। ਸਭੇ ਦੇ ਮੋਤੇ ਬੇਨੇ ਕੋਂਦੇ ਦੀ ਅਮਦਰਚਨ ਕੰਤੀਆਂ ਕੋ ਸਕੰਚੋ ਨੇ ਵੰਤੇਰੋ ਸੁਲ ਦੀਓ ਦੀ ਜਾਕੋਬੇ। ਹਾਲੇਲੂਇਆ ਹਾਲੇਲੂਇਆ। ਤੁਹਾਡਾ ਪਰਮੇਸ਼ਵਰ ਤੁਹਾਡਾ ਕਮਾਂਡ ਆ, ਤੁਹਾਡਾ ਪਰਮੇਸ਼ਵਰ ਤੁਹਾਡਾ ਉੱਚਾ ਗੜਵਾ, ਤੁਹਾਡਾ ਪਰਮੇਸ਼ਵਰ ਤੁਹਾਡਾ ਉੱਚਾ ਕਿਲਾ ਵਾ ਯਿਸੂ ਦੇ ਨਾਮ ਦੇ ਵਿੱਚ। ਵੋਸਤੋ ਦੀਓ ਹੈ ਲਾ ਪਰਸਨ ਦੀ ਕੋਈ ਵੋਈ ਦੋ ਵੇਤੇ ਵੰਤਾਰੇ ਪਰ ਕਿ ਲੂਇਆ ਲਾ ਵੋਸਤਰਾ ਫੋਰਟੈਚਾ। ਉਹ ਕੌਮ ਜਿਹੜੀ ਇੱਕ ਛੋਟੀ ਜਈ ਆ, ਇਲ ਪੋਪਲ ਕੇ ਉਨ ਪੋਪਲ ਮੋਲਟੋ ਪੀਕੋਲੋ, ਪਰਮੇਸ਼ਵਰ ਨੇ ਉਹਨੂੰ ਚੁਣਿਆ ਦੀਓ ਹੈ ਲੈ ਤੋ ਕੋ ਸੋ ਪੋਪਲ, ਔਰ ਪੂਰੀ ਦੁਨੀਆ ਦੇ ਲਈ ਅੱਜ ਬਰਕਤ ਦਾ ਕਾਰਨ ਬਣਾ ਕੇ ਰੱਖਿਆ ਹੈ। ਇਲਿਆ ਮੈਸੋ ਕੋ ਮੇਨ ਬੇਨੇਡਿਕਸ਼ਨ ਪਰ ਟੂਟੋ ਇਲ ਮੋਂਡੋ। ਅਗਰ ਉਹਨੇ ਤੁਹਾਨੂੰ ਚੁਣਿਆ ਦੀਓ ਵੀ ਲੈਤੀ, ਤੁਹਾਨੂੰ ਕੌਮਾਂ ਦੇ ਲਈ, ਨੇਸ਼ਨ ਦੇ ਲਈ, ਘਰਾਣਿਆਂ ਦੇ ਲਈ ਉਹ ਬਰਕਤ ਦਾ ਕਾਰਨ ਠਹਿਰਾਵੇਗਾ ਯਿਸੂ ਦੇ ਸਾਮਰਥੀ ਸਾਮਰਥੀ ਨਾਮ ਦੇ ਵਿੱਚ। ਪਰ ਬੇਨੇ ਦੀਰੇ ਤੁੱਤੇ ਲੈ ਨਾਚਿਓਨੀ ਪਰ ਮੇਜੋ ਵੋਸਤਰਾ ਨੇ ਲੋਮੇ ਦੀਓਨੀ ਪਤੇਂਤੇ। ਆਮੇਨ। ਤੁਸੀਂ ਬਿਨਾ ਮਕਸਦ ਤੋਂ ਨਹੀਂ ਚੁਣੇਗੇ। ਕੋਈ ਨਾ ਸੀ ਤੇ ਸਤਿਆ ਲੈਤੀ ਸੇ ਸਮੋ। ਚੁਣਨ ਦਾ ਖਾਸ ਮਕਸਦ ਆ ਪਰਮੇਸ਼ਵਰ। ਯੋਨ ਮੋਤੀ ਵੋ ਬੇਨ ਪ੍ਰੇਚੀਜ਼ੋ। ਖਾਸ ਯੋਜਨਾ ਮਾ। ਯੋਨ ਮੋਤੀ ਵੋ ਬੇਨ ਪ੍ਰੇਚੀਜ਼ੋ ਪਰ ਕੋਲੇ ਵੋ ਸੇ ਸਤਿਆ। ਪਰਮੇਸ਼ਵਰ ਤੁਹਾਡਾ ਪ੍ਰੇਮ ਕਰਦੇ ਆ। ਦੀਓ ਵੀ ਆਮਾ। ਪਰਮੇਸ਼ਵਰ ਤੁਹਾਨੂੰ ਬਚਾਉਣਾ ਚਾਹੁੰਦੇ ਆ। ਦੀਓ ਵੀ ਕੋਲੇ ਸਲਵਾਰੇ। ਪਰਮੇਸ਼ਵਰ ਤੁਹਾਨੂੰ ਦੁਨੀਆ ਦੀ ਭੀੜ ਵਿੱਚੋਂ ਕੱਢ ਕੇ ਸਵਰਗ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ। ਦੀਓ ਵੀ ਕੋਲੇ ਸੇਪਰਾਰੇ ਦਾ ਕੋ ਸਫਲਤਾ ਕੋ ਸੇ ਜੈਂਤੀ ਇਹ ਪ੍ਰਤਾਰ ਵੀ। ਪਰਮੇਸ਼ਵਰ ਤੁਹਾਨੂੰ ਪਰੇਸ਼ਾਨੀਆਂ ਦੁੱਖਾਂ ਵਿੱਚੋਂ ਕੱਢ ਕੇ ਸ਼ਾਂਤੀ ਵਾਲਾ ਜੀਵਨ ਦੇਣਾ ਚਾਹੁੰਦੇ ਆ। ਦੀਓ ਵੀ ਕੋਲੇ ਦੀਓ ਵੀ ਕੋਲੇ ਤਿਆਰੇ ਫੋੜ ਦਾ ਸੁਫਰੈਂਸੇ ਦਾ ਲੈ ਅਫਰੀਚੋਨੀ ਕੁਝ ਕੇ ਪਸਿਆ ਤੇ ਰਿਚੇ। ਪਰਮੇਸ਼ਵਰ ਤੁਹਾਨੂੰ ਪਾਪ ਵਾਲੀ ਜ਼ਿੰਦਗੀ ਚੋਂ ਕੱਢ ਕੇ ਪਵਿੱਤਰਤਾਈ ਵਾਲਾ ਜੀਵਨ ਦੇਣਾ ਚਾਹੁੰਦੇ ਆ। ਦੀਓ ਵੀ ਕੋਲੇ ਤਿਆਰੇ ਫੋੜ ਦਾ ਪੇਕਾ ਤੇ ਪ੍ਰਦਾਰ ਵੀ ਨਾ ਵੀ ਦਾ ਪੂਰਾ ਇਹ ਸੰਤੀ ਦਾ। ਹਾਲੇਲੂਇਆ 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 ਹਾਲੇਲੂਇਆ। ਉਹ ਲੋਕ, ਉਹ ਘਰਾਣੇ, ਉਹ ਪਰਿਵਾਰ, ਉਹ ਕੰਟਰੀਆਂ ਹਮੇਸ਼ਾ ਸ਼ਾਂਤੀ ਵਿੱਚ ਰਹਿੰਦੇ ਆ ਜਿਹੜੇ ਖੁਦਾ ਦੇ ਵਚਨ ਦੇ ਵਿੱਚ ਬਣੇ ਰਹਿੰਦੇ ਆ। ਲੇ ਪਰਸੋਨੇ ਲੇ ਫੈਮਿਲੀਏ ਆ ਵੀਵਨ ਸੈਪਰਿੰਗ ਪਾਜ ਪਰ ਕੇ ਲੋਰੋ ਬੇਦੀਸ ਕੋ ਦਿਓ ਨੀ ਪਦੇਂਤੇ। ਆਮੀਨ ਆਮੀਨ। ਹਾਲੇਲੂਇਆ 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 ਹਾਲੇਲੂਇਆ। ਕਿਸੇ ਕਿਸੇ ਵੀ ਗੱਲ ਤੇ ਵਿੱਚ ਕਮੰਡ ਨਹੀਂ ਕਰਨਾ ਆਪਣੇ ਆਪ ਦੇ ਉੱਤੇ। ਐਕੋ ਪਰ ਕੇ ਨੋਂ ਤੇ ਪੈਮ ਵੰਤਾਰ ਨੂਲਾ, ਪਰਮੇਸ਼ਵਰ ਦੀ ਕਿਰਪਾ ਨੂੰ ਯਾਦ ਰੱਖਣਾ ਆ। ਨੋਂ ਤੇ ਪੈਮ ਵੰਤਾਰ ਚ ਦੀ ਨੂਲਾ ਮਤਲਬ ਯਾਦ ਰੱਖਣਾ ਕਿ ਇਹ ਉਹਦੀ ਕਿਰਪਾ ਸਾਡੇ ਉੱਤੇ ਹੋਈ ਹੈ। ਮਤਲਬ ਪੈਮ ਰਿਕਾਰਡਾਰ ਕਿ ਕੋਈ ਸਲਾ ਕਰਾ ਉਹਦਾ ਅਨੁਗ੍ਰਹਿ ਸਾਡੇ ਉੱਤੇ ਹੋਇਆ। ਇਹ ਲਾ ਗ੍ਰੈਸੀ ਦੀਓ ਕਿ ਮੈਨੂੰ ਤਸੂ ਦੀ ਹੋਈ। ਹਾਲੇਲੂਇਆ ਹਾਲੇਲੂਇਆ। ਅਬਰਾਹਮ ਦੇ ਉੱਤੇ ਵੀ ਅਨੁਗ੍ਰਹਿ ਹੋਇਆ ਸੀ। ਆਖੇ ਅਬਰਾਹਮ ਰਿਚੇਵੇ ਤੇ ਲਾ ਗ੍ਰੈਸੀ। ਦਾਊਦ ਦੇ ਉੱਤੇ ਵੀ ਕਿਰਪਾਈ ਹੋਈ ਸੀ। ਆਖੇ ਦਾਵਿਦ ਦੇ ਰਿਚੇਵੇ ਤੇ ਲਾ ਗ੍ਰੈਸੀ। ਯੂਸਫ ਦੇ ਉੱਤੇ ਵੀ ਕਿਰਪਾਈ ਹੋਈ ਸੀ। ਆਖੇ ਜੋਸੇਫ ਦੇ ਰਿਚੇਵੇ ਤੇ ਲਾ ਗ੍ਰੈਸੀ। ਅੱਜ ਤੁਹਾਡੇ ਉੱਤੇ ਵੀ ਕਿਰਪਾਈ ਹੋਈ ਹੈ। ਇਹ ਅੱਜ ਕੋਈ ਰਿਚੇਵੇ ਤੇ ਲਾ ਗ੍ਰੈਸੀ। ਵੱਧਦੀ ਜਾਵੇ ਯਿਸੂ ਦੇ ਨਾਮ। ਇਹ ਕੋਈ ਗ੍ਰੈਸੀ ਇਨਕਰੀਮੈਂਟ। ਇਹ ਅਨੁਗ੍ਰਹਿ ਵੱਧਦਾ ਜਾਵੇ ਯਿਸੂ ਦੇ ਨਾਮ। ਇਹ ਕੋਈ ਗ੍ਰੈਸੀ ਇਨਕਰੀਮੈਂਟ। ਜਦੋਂ ਖੁਦਾ ਦੇ ਨਾਲ ਹੰਬਲ ਹੋ ਕੇ ਚੱਲੋਗੇ, ਕਿਰਪਾ ਨੂੰ ਹਮੇਸ਼ਾ ਯਾਦ ਰੱਖ ਕੇ ਚੱਲੋਗੇ। ਕੰਦ ਕੋਈ ਕਮੀਨਾਤ ਕੁੰਦੀ ਨਹੀਂ ਪਤੇਂਤੇ ਇਸ ਦੇ ਪਰਸੋਨੇ ਹੁੰਦੇ। ਤੁਸੀਂ ਕਦੀ ਫੇਲੀਅਰ ਦਾ ਸਾਹਮਣਾ ਨਹੀਂ ਕਰੋਗੇ, ਹਾਰ ਦਾ ਸਾਹਮਣਾ ਨਹੀਂ ਕਰੋਗੇ। ਨੋ ਇਸ ਕੰਟਰੇਰ ਤੇ ਮਾਈ ਦੇ ਪੈਰ ਦਿੱਤੇ। ਜਦੋਂ ਸਰੀਰ ਦੇ ਵਿੱਚ ਹੋ ਕੇ ਚੱਲਣਾ ਚਾਹੋਗੇ। ਕੰਦ ਉਹਨਾਂ ਵਿੱਚ ਕੋਈ ਕਮੀਨੀ ਰਹੇ ਤੇ। ਜਦੋਂ ਮੈਂ ਦੇ ਵਿੱਚ ਚੱਲਣਾ ਚਾਹੋਗੇ। ਕੋਨ ਇਲ ਕੋਰਪੋ। ਤੁਸੀਂ ਨਿਰਾਸ਼ਾ ਦਾ ਸਾਹਮਣਾ ਕਰੋਗੇ। ਇਸ ਕੰਟਰੇਰ ਤੇ। ਤੁਸੀਂ ਹਾਰ ਦਾ ਸਾਹਮਣਾ ਕਰੋਗੇ। ਇਸ ਕੰਟਰੇਰ ਤੇ ਡਿਪਰੈਸ਼ਨੇ। ਇਸ ਕੰਟਰੇਰ ਤੇ ਪੈਰ ਦਿੱਤੇ। ਹਾਲੇਲੂਇਆ। ਇਸੇ ਕਰਕੇ ਲਿਖਿਆ ਜੋ ਕੋਈ ਅਪਮਾਨ ਕਰੇ ਪ੍ਰਭੂ ਵਿੱਚ ਅਪਮਾਨ ਕਰੇ। ਐਕੋ ਪਰ ਕਨੇਲ ਸਾਕਰ ਸਕ੍ਰਿਪਚਰ ਚੈਸ ਕਿ ਤੋ ਕੀ ਸਿਵਾਂਤਾ ਸਿਵਾਂਤੀ ਨੇ ਸਿਨਿਓਰੇ। ਹਾਲੇਲੂਇਆ ਹਾਲੇਲੂਇਆ। ਜਦੋਂ ਦੀ ਕਿਰਪਾ ਨੂੰ ਯਾਦ ਰੱਖ ਕੇ ਚੱਲੋਗੇ, ਪਰਮੇਸ਼ਵਰ ਤੁਹਾਨੂੰ ਵਧਾਉਂਦਾ ਜਾਵੇਗਾ, ਉਹ ਤੁਹਾਨੂੰ ਬਲੈਸ ਕਰਦਾ ਜਾਵੇਗਾ। ਕੁਆਂਡ ਕ੍ਰਿਸ਼ ਕੁਆਂਡ ਵੋਈ ਕਮੀਨਾਤੇ ਪਰਮੇਸ਼ਵਰ ਦਾ ਗ੍ਰੈਸ ਦੀ ਦਿਓ ਵੋਈ ਸਰਤੇ ਸੰਪਰੇ ਬਨੇ ਰਹਿਤੀ। ਹਾਲੇਲੂਇਆ ਹਾਲੇਲੂਇਆ। ਜਦੋਂ ਯਿਸੂ ਮਸੀਹ ਪ੍ਰੀਚ ਕਰਦੇ ਸੀ ਆਪਣੀ ਸੇਵਕਾਈ ਦੇ ਵਿੱਚ, ਕੁਆਂਡ ਯਿਸੂ ਕ੍ਰਿਸਤ ਪ੍ਰਦੀਕਾਵਾਂ ਨੇ
ਤੇ ਜਿਹੜੇ ਸ਼ਾਸਤਰੀ ਲੋਕ ਸੀ, ਬਹੁਤ ਸਟੱਡੀ ਕੀਤੇ ਹੋਏ ਲੋਕ, ਉਹ ਹਮੇਸ਼ਾ ਵਿਰੋਧ ਕਰਦੇ ਸੀ ਯਿਸੂ ਮਸੀਹ ਦਾ। Le persone sagge studiosi stavano sempre confrontavano sempre Gesù Cristo. ਕਿਉਂਕਿ ਉਹ ਅਜੇ ਮੈਂ ਦੇ ਵਿੱਚ ਸੀ, ਆਪਣੀ ਸਟੱਡੀ ਦੇ ਉੱਤੇ ਉਹਨਾਂ ਨੂੰ ਅਭਿਮਾਨ ਸੀ। Perché si vantavano dei loro studi. ਸਟੱਡੀ ਦੇ ਉੱਤੇ ਉਹਨਾਂ ਨੂੰ ਅਭਿਮਾਨ ਸੀ। Perché si vantavano dei loro studi. ਆਪਣੀ ਐਜੂਕੇਸ਼ਨ ਤੇ, ਆਪਣੇ ਰੁਤਬੇ ਤੇ। Si vantavano della loro posizione, della loro educazione. Alleluia. Hallelujah. ਲੇਕਿਨ ਜਦੋਂ ਯਿਸੂ ਮਸੀਹ ਪ੍ਰੀਚ ਕਰਦੇ ਸੀ, ਉਹ ਕਹਿੰਦੇ ਜੋ ਮੈਂ ਪਿਤਾ ਦੇ ਕੋਲੋਂ ਸੁਣਦਾ ਉਹੀ ਤੁਹਾਨੂੰ ਦੱਸਦਾ ਹਾਂ। ਹਲੇਲੂਯਾ। ਜਿਹੜਾ ਅਭਿਮਾਨ ਕਰਨ ਵਾਲਾ ਲੋਕ ਕਹਿੰਦਾ ਮੈਂ ਇਹ ਸਟੱਡੀ ਕੀਤੀ, ਮੈਂ ਤੈਨੂੰ ਇਹ ਦੱਸਦਾ, ਮੈਂ ਤਾਂ ਬੜੇ ਯੂਨੀਵਰਸਿਟੀ 'ਚ ਪੜ੍ਹਿਆ, ਤੈਨੂੰ ਮੈਂ ਦੱਸਦਾ। ਯਿਸੂ ਮਸੀਹ ਕਹਿੰਦੇ ਮੈਂ ਜੋ ਪਿਤਾ ਦੇ ਕੋਲੋਂ ਸੁਣਦਾ ਉਹੀ ਤੁਹਾਨੂੰ ਦੱਸਦਾ। Gesù Cristo diceva alle persone, io quello che ho udito da Dio vi sto rivelando questo. Difatti le persone quando predicano dicono che io vi dico quello che io ho imparato dagli studi, dall'educazione, ma Gesù quando predicava diceva io predico quello che io ho imparato da Dio. Oggi Parmeshwar sada abhiman. Dio è Parmeshwar sada command. Dio è colui che tu. Hallelujah. Dio è colui di cui dobbiamo ricordarci. E dobbiamo ricordarci. Tanu ne chuniyama tusi rejected si. ਦੁਨੀਆ ਤੁਹਾਨੂੰ ਰਿਜੈਕਟ ਕਰ ਚੁੱਕੀ ਸੀ, ਅੱਜ ਪਰਮੇਸ਼ਵਰ ਨੇ ਚੁਣ ਲਿਆ ਤਾਂ ਕਿ ਇਸرائیਲੀਆਂ ਦੀ ਤਰ੍ਹਾਂ, ਅਬਰਾਹਮ ਦੀ ਅੰਸ਼ ਦੀ ਤਰ੍ਹਾਂ ਤੁਹਾਨੂੰ ਵਧਾ ਸਕੇ, ਤੁਹਾਨੂੰ ਉੱਚਾ ਕਰ ਸਕੇ। ਇਹ ਬਰਕਤਾਂ ਤੁਹਾਡੇ ਘਰਾਣਿਆਂ ਤੇ ਮੈਂ ਡਿਕਲੇਅਰ ਕਰਦਾ ਯਿਸੂ ਦੇ ਨਾਮ ਦੇ ਵਿੱਚ।